ਹਾਂਜੀ ਸਰ, ਇਹ ਪੇਸ਼ੈਂਟ ਆ, ਪੁਲਿਸ ਕਸਟਡੀ 'ਚ ਹੈ, ਪੁਲਿਸ ਡਿਪਾਰਟਮੈਂਟ ਵੱਲੋਂ ਲੈ ਕੇ ਆਏ ਇਹਨਾਂ ਨੂੰ। ਰਣਜੋਤ ਸਿੰਘ ਨਾਂ ਦਾ, ਸਾਨੂੰ ਤੇਜ਼ ਪ੍ਰਤਾਪ ਸਿੰਘ। ਸਰ, ਗਨ ਸ਼ੋਟ ਇੰਜਰੀ ਹੈਗੀ ਆ, ਅਤੇ ਰਾਈਟ ਗਲੂਟਿਸ 'ਤੇ ਹੈਗੀ ਆ, ਰਾਈਟ ਅਪਰ ਥਾਈ ਬੈਕ। ਸਰ, ਇਹਦਾ ਆਇਆ ਸਾਡੇ ਕੋਲ, ਅਸੀਂ ਫਸਟ ਏਡ ਦੇ ਕੇ ਇਹਦਾ ਟ੍ਰੀਟਮੈਂਟ ਕੀਤਾ, ਜੋ ਵੀ ਬਣਦਾ ਇਹਦਾ ਟ੍ਰੀਟਮੈਂਟ ਕਰਕੇ, ਅਤੇ ਉਸ ਤੋਂ ਬਾਅਦ ਹੁਣ ਇਹਦਾ ਐਕਸਰੇ ਵਾਸਤੇ ਭੇਜਿਆ, ਐਕਸਰੇ ਜਾਂਚ ਵਾਸਤੇ। ਨਹੀਂ, ਅਜੇ ਤਾਂ ਇੱਦਾਂ ਲੱਗਦਾ ਖਤਰੇ ਤੋਂ ਬਾਹਰ ਹੀ ਹੈ, ਹਜੇ ਕੋਈ ਗੱਲ ਨਹੀਂ। ਦੇਖਣ 'ਚ ਤਾਂ ਇੱਦਾਂ ਇੱਕੋ ਹੀ ਲੱਗਦਾ, ਇੱਕ ਹੀ ਇੰਜਰੀ ਲੱਗਦਾ, ਬਾਕੀ ਐਕਸਰੇ 'ਚ ਪਤਾ ਚੱਲੇਗਾ। ਇਹ ਆਲਮੋਸਟ ਤਕਰੀਬਨ 3 ਘੰਟੇ ਤੋਂ ਬਾਅਦ ਜਿਹੜਾ ਫੜਿਆ ਗਿਆ ਹੈਗਾ, ਕਮਾਲ 'ਚ ਤਕਰੀਬਨ 3 ਘੰਟੇ ਬੈਠਾ ਰਿਹਾ ਹੈਗਾ। ਕੀ ਨਾਮ ਸੀਗਾ ਜੀ? ਰਣਜੋਤ ਸਿੰਘ। ਸਰ, ਇਹਦਾ ਕੋਈ ਇੱਥੇ ਕਨੈਕਸ਼ਨ ਸੀ ਕਿ ਜਾਂ ਇਹ ਕਿਸ ਤਰ੍ਹਾਂ ਇੱਥੇ ਪਹੁੰਚਿਆ ਹੋਇਆ ਸੀ? ਮੇਰੇ ਖਿਆਲ ਭੱਜਦਾ, ਜਦ ਪੁਲਿਸ ਨੇ ਚੇਸ ਕੀਤਾ, ਭੱਜਦਾ ਭੱਜਦਾ ਇੱਥੇ ਕਮਾਚ ਆ ਕੇ। ਸਰ, ਕੋਈ ਇਨਪੁੱਟ ਸੀ ਕਿ ਜਾਂ ਕੋਈ ਵਾਰਦਾਤ ਕਰਕੇ ਇੱਥੇ ਨਿਕਲਿਆ ਹੋਇਆ ਸੀ ਕਿ ਜਾਂ ਵੈਸੇ ਪੁਲਿਸ ਨੇ ਵੈਸੇ ਰੇਡ ਕੀਤਾ ਸੀਗਾ, ਜਿਹੜੇ ਵਾਂਟਡ ਬੰਦੇ ਸੀਗੇ ਉਹਨਾਂ ਦੇ ਘਰਾਂ 'ਤੇ ਰੇਡ ਕਰ ਰਹੇ ਸੀਗੇ, ਅਤੇ ਉਹਦੇ ਵਿੱਚ ਇਹਦੇ ਵੀ ਰੇਡ ਕੀਤਾ ਗਿਆ। ਅਤੇ ਸਰ, ਤੁਹਾਡਾ ਆਪਰੇਸ਼ਨ ਪੂਰਾ ਹੋ ਗਿਆ, ਸਕਸੈਸਫੁਲ ਹੋ ਗਿਆ, ਸਰ ਕੀ ਕੀ ਹੁਣ ਤੱਕ ਬਰਾਮਦਗੀ ਹੋਈ ਹੈ ਜੀ ਇਹਦੇ ਕੋਲ? ਨਹੀਂ, ਇਸ ਬਾਰੇ ਤਾਂ ਹਾਲੇ ਕਲੀਅਰ ਨਹੀਂ ਹੈਗਾ, ਜੋ ਕ੍ਰਾਈਮ ਜੇ ਨੇ ਵੈਪਨ ਯੂਜ਼ ਕੀਤਾ ਹੈਗਾ, ਉਹ 2 ਪਿਸਟਲਸ ਯੂਜ਼ ਕੀਤੇ ਹੈ। ਸਰ, ਕੀ ਹਾਲਾਤ ਦੇ ਵਿੱਚ ਹੈ, ਕਿ ਇਹ ਜ਼ਖਮੀ ਹੈ ਜਾਂ ਕਿਸ ਤਰ੍ਹਾਂ ਇਸਨੂੰ ਗੋਲੀ ਲੱਗੀ ਹੈ? ਜੋ ਦੱਸ ਰਹੇ ਹੈਗੇ ਪੁਲਿਸ ਪਾਰਟੀ, ਦੱਸ ਰਹੇ ਕਿ ਇਹਨੂੰ ਇੰਜਰੀ ਹੈਗੀ, ਉਹ ਮੈਡੀਕਲ ਕਰਾ ਕੇ ਦੇਖਦੇ ਕਿਸ ਚੀਜ਼ ਦੀ ਇੰਜਰੀ ਹੈ। ਪੁਲਿਸ ਮੁਲਾਜ਼ਮ ਤਾਂ ਨਹੀਂ ਕੋਈ ਜ਼ਖਮੀ? ਸਾਰੇ ਨਹੀਂ, ਕੋਈ ਨਹੀਂ। ਕਿੰਨੀ ਵੱਡੀ ਸਕਸੈਸ ਮੰਨਦੇ ਹੋ ਪੁਲਿਸ ਦੀ? ਇਹ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ, ਕਿਉਂਕਿ ਪੁਲਿਸ ਨੇ ਚੇਸ ਕੀਤਾ, ਇਹਨੇ ਪੁਲਿਸ 'ਤੇ ਫਾਇਰਿੰਗ ਕੀਤੀ, ਔਰ ਪੁਲਿਸ ਨੇ ਅਲਟੀਮੇਟਲੀ ਇਹਨੂੰ ਰਾਊਂਡ ਅਪ ਕੀਤਾ ਹੈਗਾ, ਅਤੇ ਮੇਰੇ ਤੋਂ ਰਾਊਂਡ ਅਪ ਕੀਤਾ ਹੈਗਾ, ਤਾਂ ਬੜੀ ਵੱਡੀ ਕਾਮਯਾਬੀ ਹੈ। ਅੱਗੇ ਵੀ ਇਨਵੈਸਟੀਗੇਸ਼ਨ 'ਚ ਕੋਈ ਖੁਲਾਸੇ ਹੁੰਦੀ ਸੰਭਾਵਨਾ? ਓਬਵੀਅਸਲੀ, ਇਹਦੇ ਜਿਹੜੇ ਐਸੋਸੀਏਟਸ ਹੈਗੇ, ਵੈਪਨਸ, ਜੋ ਵੀ ਇਹਦੀ ਕਾਰ ਆਪਣੇ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਹੈਗੀ, ਉਹ ਪੁਲਿਸ ਡੂੰਘਾਈ ਨਾਲ ਤਫਤੀਸ਼ ਕਰੇਗੀ ਔਰ ਐਕਸ਼ਨ ਉਸ ਤਰ੍ਹਾਂ। ਦੋ ਲੋਕ ਹੋਰ ਵੀ ਸਰ ਸ਼ੱਕ ਦੇ ਆਧਾਰ 'ਚ ਪੁਲਿਸ ਨੇ ਡਿਟੇਨ ਕੀਤੇ ਨੇ? ਹਾਲੇ ਚੈੱਕ ਕਰ ਰਹੇ ਕਿ ਬੰਦੇ ਕੌਣ ਹੈਗੇ, ਫਿਲਹਾਲ ਤਾਂ ਮੇਨ ਅਕਿਊਜ਼ਡ ਹੈ। ਸਾਰੇ ਦੀ ਪਤਨੀ ਤੇ ਬੱਚੇ ਵੀ ਇਹਦੇ ਨਾਲ ਸਨ ਜੇ, ਜੋ ਉਹ ਦੱਸਿਆ ਹੈਗਾ ਕਿ ਡਿਟੇਨ ਕੀਤੀ ਇੱਕ ਲੇਡੀ ਤੇ ਬੱਚਾ, ਉਹ ਵੀ ਵੀ ਵਿਲ ਚੈੱਕ ਐਂਡ ਟੇਕ ਐਕਸ਼ਨ।